ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਪਨੀਰ ਜੋ ਅਸੀਂ ਘਰ ਦੇ ਆਮ ਤਾਜ਼ਾ ਬਣਾਇਆ। ਠੀਕ ਹੈ, ਇਹ ਹੋ ਗਿਆ ਸਾਡਾ ਪਨੀਰ। ਇਹਦੇ ਵਾਸਤੇ ਅਸੀਂ ਕੱਟ ਲਏ ਪਿਆਜ ਅਤੇ ਆਹ ਅਸੀਂ ਕੱਟ ਲਏ ਆ ਟਮਾਟਰ। ਠੀਕ ਹੈ ਜੀ, ਅਤੇ ਇੱਧਰ ਅਸੀਂ ਰੱਖਤਾ ਸਰੋਂ ਦਾ ਤੇਲ ਗਰਮ ਹੋਣ ਨੂੰ। ਠੀਕ ਹੈ ਜੀ, ਲਓ ਜੀ ਤੇਲ ਸਾਡਾ ਗਰਮ ਹੋ ਗਿਆ। ਹੁਣ ਅਸੀਂ ਇਹਦੇ 'ਚ ਪਾਵਾਂਗੇ ਪਿਆਜ, ਭੁੱਜੇ ਹੋਏ ਪਿਆਜ, ਸੋਰੀ ਪਿਆਜ। ਨਾਲ ਅਸੀਂ ਪਾਉਣਾ ਇਹਦੇ ਨਾਲ ਥੋੜ੍ਹਾ ਜਿਹਾ ਬਟਰ। ਲਓ ਜੀ ਪਿਆਜ ਸਾਡੇ ਭੁੱਜ ਗਏ ਆ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮਾਟਰ, ਵਿੱਚੇ 2 ਤੋਂ 3 ਹਰੀਆਂ ਮਿਰਚਾਂ। ਠੀਕ ਹੈ ਜੀ, ਉਹ ਤੋਂ ਤੁਹਾਡੀ ਮਰਜ਼ੀ ਆ ਕਿੰਨੀਆਂ ਪਾਉਣੀਆਂ ਆ, ਆਪਣੇ ਹਿਸਾਬ ਨਾਲ ਤੁਸੀਂ ਪਾ ਲਓ। ਠੀਕ ਹੈ, ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ। ਠੀਕ ਹੈ, ਸਵਾਦ ਅਨੁਸਾਰ ਤੁਸੀਂ ਦੇਖ ਲੈਣਾ ਆਪਣੇ ਹਿਸਾਬ ਨਾਲ ਨਮਕ ਕਿੰਨਾ ਪਾਉਣਾ। ਪਾਵਾਂਗੇ ਥੋੜ੍ਹੀ ਜਿਹੀ ਹਲਦੀ ਹਿਸਾਬ ਨਾਲ ਆਪਣੇ। ਠੀਕ ਹੈ, ਲਓ ਜੀ ਹੁਣ ਇਹਨੂੰ ਕਰ ਦਿਓ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਤੜਕਾ ਸਾਡਾ ਭੁੱਜ ਗਿਆ, ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਨੀਰ। ਪਨੀਰ ਪਾ ਕੇ ਇਹਨੂੰ ਮਿਕਸ ਕਰ ਲਓ। ਲੋ ਮਿਕਸ ਅਸੀਂ ਕਰਤੀ ਆ। ਠੀਕ ਹੈ, ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬਟਰ। ਬਟਰ ਕਰ ਦਿਓ ਮਿਕਸ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਅਸੀਂ ਕਰ ਦੇਣਾ ਬੰਦ। ਠੀਕ ਹੈ ਜੀ, ਥੋੜ੍ਹੀ ਦੇਰ ਹੀ ਸਿੱਕਾ ਲਗਾਇਆ, ਜ਼ਿਆਦਾ ਨਹੀਂ ਸੀ ਲਗਾਉਣਾ। ਠੀਕ ਹੈ, ਭੁਰਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਜੀ, ਤੁਸੀਂ ਦੇਖ ਸਕਦੇ ਹਾਂ। ਲਓ ਜੀ ਅਸੀਂ ਬੰਦ ਕਰਤਾ ਹੈ ਗੈਸ, ਅਤੇ ਭੁਰਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਜੀ। ਅਤੇ ਜੇ ਤੁਹਾਨੂੰ ਵੀ ਵਧੀਆ ਲੱਗੀ ਸਾਡੀ ਰੈਸਪੀ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹਾਂ ਭੁਰਜੀ ਦਾ ਰੰਗ ਰੂਪ, ਅਤੇ ਖਾਣੇ ਬਹੁਤ ਹੀ ਜ਼ਿਆਦਾ ਯਮੀ ਅਤੇ ਟੇਸਟੀ ਹੋਣੀ। ਠੀਕ ਹੈ ਜੀ, ਓਕੇ ਜੀ, ਥੈਂਕ ਯੂ, ਕੱਲ੍ਹ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਲੈ ਕੇ। ਓਕੇ ਜੀ, ਥੈਂਕ ਯੂ, ਬਾਏ ਬਾਏ।